ਜੀਤ ਸਿੰਘ ਔਜਲਾ ਮੌਜੂਦ ਨੇ, ਜਿਹੜੇ ਕਿ NPA ਵੀ ਨੇ ਉੱਥੋਂ ਪੰਜਾਬ ਤੋਂ, ਪੰਜਾਬ ਤੋਂ ਅੰਮ੍ਰਿਤਸਰ ਨਾਲ ਇਹਨਾਂ ਦਾ ਤਾਲਕ ਆ, ਇਹਨਾਂ ਦੇ ਕੋਲੋਂ ਅਸੀਂ ਜਾਣਦੇ। ਇੱਕ ਹੋਰ ਗੱਲ ਮੜ ਜੀ ਮੈਂ ਦੱਸਦਾ ਚੱਲਾਂ, ਸਾਡੇ ਖਲੀਲ ਔਜਲਾ ਸਾਹਿਬ ਵੀ ਪੰਜਾਬੀ ਪ੍ਰਚਾਰ ਦੇ ਇੱਕ ਬੜੇ ਅਹਿਮ ਸ਼ਖਸੀਅਤ ਆ, ਉਹਨਾਂ ਦੀ ਬਰਾਦਰੀ ਵੀ ਆ। ਸੋ ਇਹ ਅੱਜ ਜਿਹੜਾ ਇੰਟਰਵਿਊ ਹੈ ਉਹਨਾਂ ਨੂੰ ਡੈਡੀਕੇਟ ਕਰਦੇ ਹਾਂ ਅਸੀਂ ਖਲੀਲ ਔਜਲਾ ਸਾਹਿਬ ਨੂੰ। ਜੀ ਔਜਲਾ ਸਾਹਿਬ, ਦੱਸੋ ਜੀ ਅੱਜ ਆਏ ਹੋ, ਕਿਹੋ ਲੱਗ ਰਿਹਾ? ਜੀ ਅੱਜ ਇਸ ਇਤਿਹਾਸਿਕ ਪਲ 'ਚ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਅੱਜ ਸ੍ਰਿਸ਼ਟੀ 'ਚ ਇੱਕ ਇਤਿਹਾਸ ਰਚਣ ਜਾ ਰਹੇ ਆ, ਦੋਵਾਂ ਮੁਲਕਾਂ ਦੇ ਵਿੱਚ ਇੱਕ ਸਾਂਝਾ ਪੰਥ ਬਣ ਜਾਊਗਾ, ਸ਼ਾਂਤੀ ਦਾ ਮਾਰਗ ਵੇਚ ਕੇ ਇਤਿਹਾਸਿਕ ਪਲ ਦੇ ਵਿੱਚ ਸ਼ਾਮਿਲ ਹੋਣਾ ਹੈ। ਇਮਰਾਨ ਖਾਨ ਜੀ ਨੂੰ, ਤੁਹਾਡੀ ਕੌਮ ਨੂੰ ਵਧਾਈ ਦੇਣਾ ਹੈ, ਦੋ ਦਿਨ ਪਹਿਲਾਂ ਜਮਹੂਰੀਆ ਪਾਕਿਸਤਾਨ ਦੇ ਵਿੱਚ ਸਾਡੇ ਪੰਡਾਲ ਮੇਂ ਦਾਖਲ ਹੋ, ਵੈਂਕਿਆ ਨਾਇਡੂ ਜੀ ਨੇ ਤਮਾਮ ਮੌਜ਼ਿਸ ਮਹਿਮਾਨਾਂ ਦੀ ਗੁਜ਼ਾਰਿਸ਼ ਕਰੂੰਗਾ, ਸਾਰੀ ਕੌਮ ਨੂੰ ਵਧਾਈ ਦਿੰਦੇ ਹਾਂ, ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਪਾਕਿਸਤਾਨ ਨਿਹਾਇਤ ਗਰਮ ਜੋਸ਼ੀ ਸੇ ਸਿੱਖਾਂ ਦੇ ਪਹਿਲੇ ਗੁਰੂ ਕਹਿੰਦੇ ਨੇ ਆਪਣੀ ਉੱਥੇ ਸਮੁੱਚੀ ਮਾਨਤਾ ਦੇ ਗੁਰੂ ਨੇ ਜਿਵੇਂ ਤੁਹਾਡੇ ਨਾਲ ਖੀਰ ਵੀ ਕਹਿੰਦੇ ਸੀ, ਬਾਬਾ ਨਾਨਕ ਵੀ ਕਹਿੰਦੇ ਨੇ, ਲੇਹ ਲਦਾਖ 'ਚ ਜੋ ਨਾਨਕ ਲਾਮਾ ਜੀ ਕਹਿੰਦੇ ਨੇ, ਸੋ ਉਹਨਾਂ ਦੀ ਸਮੁੱਚੀ ਮਾਨਤਾ ਵਿਸ਼ਵਾਸ ਰੱਖਦੀ ਹੈ। ਆਓ ਸਾਰੇ ਰਲ ਕੇ ਇਕੱਠੇ ਹੋਈਏ, ਸ਼ਾਂਤੀ ਦਾ ਮਾਹੌਲ ਬਣਾਈਏ। ਲੜਾਈਆਂ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ, ਦੁੱਖ ਦੇ ਚਾਰ ਪਲ ਕੱਟਣੇ ਵੀ ਔਖੇ ਹੁੰਦੇ ਨੇ, ਅਤੇ ਸੁੱਖ ਦੀਆਂ ਤਾਂ ਚਾਹੇ ਤੁਸੀਂ ਸਦੀਆਂ ਕੱਟ ਲਓ, ਬੰਦੇ ਨੂੰ ਪਤਾ ਨਹੀਂ ਲੱਗਦਾ ਕਦੋਂ ਲੰਘ ਜਾਂਦੀਆਂ ਨੇ। ਅਤੇ ਸੁੱਖ ਲਿਆਉਣ ਵਾਸਤੇ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੇ ਕੁਛ ਗਿਲੇ ਸ਼ਿਕਵੇ ਨੇ ਉਹ ਰਾਜਨੀਤਿਕ ਤੌਰ 'ਤੇ ਬਹਿ ਕੇ ਹੱਲ ਕਰ ਲੈਣੇ ਚਾਹੀਦੇ ਆ। ਦੋਵੇਂ ਮੁਲਕਾਂ ਦੇ ਆਵਾਮ ਵੱਡੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਹੈ ਕਿ ਰਲ ਕੇ ਹੱਲ ਕਰੋ, ਕਿਉਂਕਿ ਸਾਡਾ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਹੈ, ਸਾਡੇ 'ਚ ਬਹੁਤ ਜ਼ਿਆਦਾ ਜ਼ਖਮ ਆਏ ਨੇ ਸਾਨੂੰ ਪਿਛਲੇ ਸਮੇਂ ਦੇ, ਸਾਡੇ ਜ਼ਖਮਾਂ ਦੇ ਮਰਮ ਸਾਰੇ ਰਲ ਕੇ ਲਾਓ, ਆਓ ਗੁਰੂ ਨਾਨਕ ਦੇਵ ਜੀ ਨੇ ਰਾਹ ਵਿਖਾਇਆ, ਇੱਥੇ ਚੱਲਦੇ ਹੋਏ ਸ਼ਾਂਤੀ ਸਥਾਪਿਤ ਕਰੀਏ। ਬਹੁਤ ਸ਼ੁਕਰੀਆ, ਚਲੋ ਜੀ ਔਜਲਾ ਸਾਹਿਬ, ਇਹ ਦੇਖ ਲਓ ਅਸੀਂ ਆਖਿਰ ਇੱਥੇ ਵੀ ਇੱਕ ਔਜਲਾ ਲੱਭ ਹੀ ਲਿਆ, ਅਤੇ ਉਹ ਅੱਜ ਇੱਥੇ ਪੈਗਾਮ ਦੇ ਰਿਹਾ ਸੀ ਅਮਨ ਦਾ, ਪਿਆਰ ਦਾ ਅਤੇ ਮੁਹੱਬਤ ਦਾ। ਤਾਰੀਖੀ ਦਿਨ ਦੇ ਮੌਕੇ ਦੇ ਉੱਤੇ ਪੰਜਾਬੀ ਪ੍ਰਚਾਰ ਦੀ ਟੀਮ ਦੇ ਨਾਲ ਮੌਜੂਦ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਨਾਬ ਲੋਂਗੋਵਾਲ ਸਾਹਿਬ, ਗੋਬਿੰਦ ਸਿੰਘ ਲੋਂਗੋਵਾਲ, ਇਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਜੀ। ਦੱਸੋ ਤੁਸੀਂ ਅੱਜ ਦੇ ਦਿਨ ਦੇ ਬਾਰੇ ਦੇ ਤੁਹਾਡਾ ਕੀ ਆਗਣਾਵਾਂ ਦੇ ਕੀ ਜਜ਼ਬਾਤ ਆਏ ਤੁਹਾਡੇ? ਸੋ ਮੈਂ ਸਮਝਦਾ ਅੱਜ ਦਾ ਦਿਨ ਸਾਰੀ ਕੌਮ ਲਈ, ਸਮੁੱਚੇ ਸਿੱਖ ਜਗਤ ਲਈ ਬਹੁਤ ਹੀ ਇਤਿਹਾਸਕ ਦਿਨ ਹੈ, ਔਰ ਬੜੇ ਲੰਮੇ ਸਮੇਂ ਤੋਂ ਹਰ ਨਾਨਕ ਨਾਮ ਲੇਵਾ ਸੰਗਤ ਜਿਹੜੀ ਸੀ ਉਹ ਚਾਹੁੰਦੀ ਸੀ ਕਿ ਉਹਦੀ ਭਾਵਨਾ ਸੀ, ਹਮੇਸ਼ਾ ਅਰਦਾਸ ਵੀ ਕਰਦੀ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ 18 ਸਾਲ ਤੋਂ ਵੱਧ ਸਮਾਂ ਆਪਣੀ ਆਖਰੀ ਜ਼ਿੰਦਗੀ ਦਾ ਜਿਹੜਾ ਗੁਜ਼ਾਰਿਆ, ਕਿਰਤ ਕਰਨ ਦਾ ਸੰਦੇਸ਼ ਹੱਥੀਂ ਕਿਰਤ ਕਰਕੇ ਉਹਨਾਂ ਨੇ ਆਪ ਇੱਥੋਂ ਦਿੱਤਾ। ਸੋ ਮੈਂ ਸਮਝਦਾ ਗੁਰੂ ਦੀ ਕਿਰਪਾ ਹੋਈ ਹੈ ਗੁਰੂ ਨਾਨਕ ਦੇਵ ਸਾਹਿਬ ਦੀ। ਅੱਜ ਦੋਵੇਂ ਸਰਕਾਰਾਂ ਨੇ ਫੈਸਲਾ ਕੀਤਾ, ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਅਤੇ ਪਾਕਿਸਤਾਨ ਦੀ ਸਰਕਾਰ ਨੇ ਫੈਸਲਾ ਕੀਤਾ। ਸੋ ਅੱਜ ਜਨਾਬ ਇਮਰਾਨ ਖਾਨ ਕਿਤੇ ਉਸ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਵਾਸਤੇ ਆਏ ਨੇ। ਸੋ ਮੈਂ ਸਮਝਦਾ ਸਿੱਖ ਜੰਗ ਬਹੁਤ ਬੜੀ ਖੁਸ਼ੀ ਹੈ, ਔਰ ਦੋਨਾਂ ਸਰਕਾਰਾਂ ਦਾ ਮੈਂ ਸਵਾਗਤ ਵੀ ਕਰਦਾ, ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਚਲੋ ਜੀ, ਇਹ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਨੀਆ ਦੇ ਕੋਨੇ ਕੋਨੇ ਸੇ ਬਹੁਤ ਜ਼ਿਆਦਾ ਖੁਸ਼ ਵੀ ਆ ਰਹੀ ਹੈ। ਯਾਦਗਾਰ ਆਪ ਇੱਥੇ ਆਏ ਆ ਤਾਂ ਕਿ ਇੱਥੇ ਜਦੋਂ ਲਾਂਘੇ ਦਾ ਸੰਗੇ ਬੁਨਿਆਦ ਰੱਖਿਆ ਜਾਵੇ ਤਾਂ ਉਹ ਵੀ ਇੱਥੇ ਮੌਜੂਦ ਹੋਣ।